ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਸਰਕਾਰ ਦੇ ਵੱਲੋਂ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਰੋਕਣ ਦੇ ਲਈ ਜਿੱਥੇ ਪੰਜਾਬ ਦੇ ਵਿੱਚ ਕਰਫਿਊ ਲਗਾਇਆ ਗਿਆ, ਇੱਥੇ ਇਸ ਬੰਦ ਦੇ ਮਾਹੌਲ ਵਿੱਚ ਕੁਝ ਗਰੀਬ ਪਰਿਵਾਰ ਹਨ ਜੋ ਆਪਣੀ ਦੋ ਟਾਈਮ ਦੀ ਰੋਟੀ ਤੋਂ ਵੀ ਆਵਾਜ਼ਾਰ ਹੋਏ ਹਨ, ਅਤੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਪਿੰਡ ਅੱਟੇ ਦੇ ਜਸਪ੍ਰੀਤ ਸਿੰਘ, ਮਾਨਕੂ ਮੱਖਣ ਸਿੰਘ, ਮੱਲੀ ਹਰਪ੍ਰੀਤ ਸਿੰਘ, ਮੇਜਰ ਲਾਲ, ਬਲਵੀਰ ਕੁਮਾਰ, ਹਰੀ ਲਾਲ ਮਾਸਟਰ, ਬਲਦੀਪ ਸਿੰਘ, ਸੋਢੀ ਰਾਮ, ਕੁਲਵੰਤ ਕੌਰ, ਰੇਸ਼ਮ ਕੌਰ ਅਤੇ ਜੋਗਿੰਦਰ ਸਿੰਘ ਅੱਗੇ ਆਏ। ਇਹਨਾਂ ਨੇ ਸਭ ਦੇ ਸਹਿਯੋਗ ਨਾਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਲੰਗਰ ਦੀ ਸੇਵਾ ਕਰਵਾਈ ਤਾਂ ਜੋ ਗਰੀਬ ਪਰਿਵਾਰਾਂ ਨੂੰ ਦੋ ਟਾਈਮ ਦੀ ਰੋਟੀ ਮਿਲ ਸਕੇ। ਸਮੂਹ ਡੇਰਾ ਸੰਤ ਗੋਬਿੰਦ ਦਾਸ ਜੀ ਪ੍ਰਬੰਧਕ ਕਮੇਟੀ, ਸਮੂਹ NRA ਵੀਰ ਪਿੰਡ ਅੱਡਾ ਅਤੇ ਸਮੂਹ ਪਤਵੰਤੇ ਸੱਜਣ ਪਿੰਡ ਅੱਡਾ ਅਤੇ ਸਮੂਹ ਇਹ ਜੋ ਲੰਗਰ ਲਗਾਇਆ ਜਾ ਰਿਹਾ, ਇਹ ਅਸੀਂ ਉਹ ਕਰੋਨਾ ਤੋਂ ਪੀੜਿਤ ਜਿਹੜੇ ਵੀ ਆਪਾਂ ਦੇਸ਼ ਵਾਸੀ ਸਾਰੇ ਕਰੋਨਾ ਤੋਂ ਪੀੜਿਤ ਹਾਂ, ਇਸ ਕਰਕੇ ਸਾਰੇ ਹੀ ਲੋਕਾਂ ਦਾ ਕੰਮਕਾਰ ਬੰਦ ਹੋ ਚੁੱਕਾ ਹੈ। ਇਸ ਲੜਾਈ ਦੇ ਨਾਲ ਲੜਨ ਦੇ ਲਈ ਸਮੂਹ ਪਤਵੰਤੇ ਸੱਜਣਾਂ ਨੇ ਸਹਿਯੋਗ ਕਰਕੇ ਇਹ ਲੰਗਰ ਲਗਾਇਆ ਜਾ ਰਿਹਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਲੋੜਵੰਦ ਭੁੱਖਾ ਨਾ ਰਹੇ, ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਇਨਸਾਨ ਨੂੰ ਅੰਨ ਮਿਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ, ਸਮੂਹ ਪਤਵੰਤੇ ਸੱਜਣਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਪੈਕਟਾਂ ਵਿੱਚ ਤਿਆਰ ਕਰਕੇ ਸਾਡੇ ਕਲੈਕਟਰ ਵੀਰ ਘਰ ਘਰ ਪਹੁੰਚਾ ਰਹੇ ਨੇ। ਜਿਹੜਾ ਵੀ ਲੋੜਵੰਦ ਵੀਰ ਹੁੰਦਾ ਹੈ ਉਹਦੇ ਘਰ ਜਾ ਕੇ ਲੰਗਰ ਪਹੁੰਚਾਇਆ ਜਾਂਦਾ। ਸੋ ਅਸੀਂ ਸਮੂਹ ਨਗਰ ਵਾਸੀਆਂ ਅੱਗੇ, ਸਮੂਹ NRA ਵੀਰਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਇਹ ਲੰਗਰ ਲਗਾਤਾਰ ਤਕਰੀਬਨ ਹਲੇ ਲੱਗਦਾ ਹੋਵੇ 15-20 ਤੱਕ ਤਾਂ ਚੱਲਣਾ ਹੀ ਚੱਲਣਾ ਹੈ। ਸੋ ਜਿੰਨਾ ਇਹ ਤੋਂ ਵੱਧ ਵੀ ਚੱਲ ਸਕਦਾ, ਕਿਉਂਕਿ ਕਈ ਦਿਨ ਪਹਿਲਾਂ ਤੋਂ ਵੀ ਚੱਲ ਰਿਹਾ ਹੈ। ਸੋ ਸਾਰਿਆਂ ਦੇ ਅੱਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਕਿ ਅਸੀਂ ਜਿਹੜਾ ਵੀ ਕੋਈ ਲੋੜਵੰਦ ਹੈ, ਭੁੱਖਾ ਹੈ, ਜਿਸ ਦੇ ਕਾਰਨ ਲੰਗਰ ਨਹੀਂ ਲੱਗਿਆ, ਉਸ ਤੱਕ ਇਹ ਅਸੀਂ ਲੰਗਰ ਪਹੁੰਚਾ ਸਕੀਏ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਪਾਂ ਸਾਰੇ ਰਲ ਮਿਲ ਕੇ ਸਹਿਯੋਗ ਕਰਾਂਗੇ, ਔਰ ਆਪਾਂ ਤਾਂ ਹੀ ਕੋਰੋਨਾ ਦੇ ਨਾਲ ਲੜਾਈ ਲੜ ਸਕਦੇ ਹਾਂ। ਸੋ ਆਓ ਇੱਕ ਵਾਰ ਫਿਰ ਸਮੂਹ ਨਗਰ ਵਾਸੀਆਂ ਦਾ, ਇਹਨਾਂ ਦੇ ਵੀਰਾਂ ਦਾ ਧੰਨਵਾਦ ਕਰਦਾ ਹਾਂ, ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਆਪਣੀ ਮਿਹਨਤ ਕਮਾਈ ਦੇ ਵਿੱਚੋਂ ਇਹ ਲੰਗਰ ਚਲਾਉਣ ਦੇ ਲਈ ਲਗਾਤਾਰ ਸਾਨੂੰ ਸਹਿਯੋਗ ਦੇ ਰਹੇ ਨੇ, ਅਤੇ ਆਸ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੱਡਾ ਯੋਗਦਾਨ ਤੁਸੀਂ ਇਸ ਲੰਗਰ ਦੇ ਵਿੱਚ ਪਾਓਗੇ ਤਾਂ ਕਿ ਰਲ ਮਿਲ ਕੇ ਗਰੀਬ ਪਰਿਵਾਰਾਂ ਦਾ ਸਹਾਰਾ ਬਣ ਸਕੀਏ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।